तू वेख कट दी गड्डी जी 480 हैगा देखो फ्रेम जी खोल चुके हैं जो इंसाफ ने खुली जा रही है जी देखो तू वेख कितना फ्रेम टूट के गड्डी नू खिंची जान आएगा वेख वाह जी फोर ड्राइवर होंगे ने कड़ी सुटते ने कड़ी चौकते ने फ्रेम गड्डी नू पागल कर दें। अस्सलाम वालेकुम दोस्तों, की हाल चाल है? ठीक हो? उम्मीद कर रहे हैं सारे दोस्त ठीक होंगे। दोस्तों सुबह का टाइम है, इस टाइम 7:30 का टाइम है। ठीक है, एक असी हलाना मारना है इतने भेजना बरसीन माल वास्ते, अपना फीड ट्रैक्टर भी आ रहा है, मौसम भी खराब हो गया इतने, साढ़े बारिश भी है, अज भी मौसम खराब होया, वेखो चेक करो तो ठंडी ठंडी हवा चल रही है। मेला किन्ना कि डीजल है? उंगला मार है किन्ने लीटर? अच्छा चल ले आ फिर उतो की गड्डी है जी गाड़ी बन रहे हैं थी चोरी साहब गड्डी ब्रांड है ने जी देखो गड्डी तू काट देंगे आप पल फोट ब्रेक थोड़ा फ्रेम मोड़ दे पोला कितना कर
ਇਹ ਟਾਇਰ ਖਿਚਾਈ ਬਹੁਤ ਕਰਦੇ ਨੇ ਜੀ, ਕਿਵੇਂ ਕਹਿੰਦੇ ਨੇ ਖਰਚਿਆਂ ਨਾਲ ਚਰਚੇ ਨੇ। ਓ ਵੇਖ ਫਰੇਮ ਪੁੱਲ ਸੁੱਟਿਆ, ਇਹ ਕੀ ਆਉਂਦਿਆਂ ਨੇ ਬਦਕਾਂ ਬਦਕਾਂ ਇੱਥੇ ਫਿਰਦੀਆਂ ਨੇ ਜੀ, ਇਹ ਵੀ ਮਜ਼ੇ ਲੈ ਗਿਆ ਨੇ ਚੂਹਾ ਕਿਡ। ਬਦਕ ਨੂੰ ਥੱਲੇ ਦੇ ਨਾ ਇੱਕ, ਇਹ ਬਹੁਤ ਅੱਗੇ ਆਉਣ ਡਿਆ ਨੇ, ਬਦਕਾਂ ਬਹੁਤ ਆਉਂਦੀਆਂ ਨੇ ਜੀ ਇੱਥੇ, ਬਦਕਾਂ ਦੇ ਅੰਡੇ ਬਹੁਤ ਮਜ਼ੇਦਾਰ ਹੁੰਦੇ ਨੇ ਜੀ। ਰੂਈ ਦੇ ਬਦਕਾਂ ਨੇ ਜੀ, ਰੂਈ ਦੀਆਂ ਕਿਲਾ ਡਰਾਵਰ ਤੋਂ ਆਇਆ ਨੇ ਬਦਕਾਂ ਇੱਥੇ ਚੂਹੇ ਖਾਣ ਵਾਸਤੇ, ਇੱਥੇ ਬਹੁਤ ਕੁਛ ਖਾਣੀਆਂ ਨੇ ਬਦਕਾਂ ਜੀ। ਵਾਹ ਜੀ ਵਾਹ, ਰੇਮ ਬਹੁਤ ਸੁੱਟਿਆ ਨਾ ਇਸ ਕਰਕੇ ਗੱਡੀ ਨਾ ਥੋੜ੍ਹਾ ਜ਼ੋਰ ਮਾਰਨ ਦੀ, ਵੇਖ ਤੂੰ ਵੇਖ ਕੱਢਦੀ ਗੱਡੀ ਜੀ 480 ਹੈਗਾ। ਦੇਖੋ ਫਰੇਮ ਜੀ ਖੋਲ ਚੁੱਕਿਆ, ਜੋ ਇਨਸਾਫ ਨੇ ਚੁੱਲੀ ਜਾਂਦੀ ਹੈ ਜੀ। ਦੇਖੋ ਤੂੰ ਗੱਡੀ ਨੇ ਸਿਰ ਚੁੱਕ ਲਿਆ ਜੀ ਅੱਗੇ, ਤੁਹਾਨੂੰ ਪੂਰੇ ਪਾਕਿਸਤਾਨ ਹੀ ਨਹੀਂ ਲੱਭਣਾ ਜੀ। ਵੇਖ ਕਿੱਦਾਂ ਫਰੇਮ ਟੁੱਟ ਕੇ ਗੱਡੀ ਨੂੰ ਖਿੱਚੀ ਜਾਂਦਾ ਹੈਗਾ, ਵੇਖ ਵਾਹ ਜੀ। ਹੋਰ ਡਰਾਈਵਰ ਹੁੰਦੇ ਨੇ ਕੜੀ ਸੁੱਟਦੇ ਨੇ, ਕੜੀ ਚੋਕਦੇ ਨੇ ਫਰੇਮ, ਗੱਡੀ ਨੂੰ ਪਾਗਲ ਕਰਦੇ ਨੇ। ਵਾਹ ਚੋਰੀ, ਹਾਂ ਹਾਂ ਵਾਹ ਜੀ। 200 ਹਲ ਮਾਰਦੀ ਅਤੇ ਇਸ ਵੀਗੇ ਨੂੰ 200 ਲਾਤੀਆਂ ਆ, ਅਤੇ ਦੋ ਕੁ ਦਿਨ ਨੂੰ ਲੱਗੇਗੀ ਇਹਨੂੰ ਧੁੱਪ ਘਾਹ ਸ਼ਾਹ ਸੁੱਕ ਜਾਏਗਾ, ਤਾਂ ਉੱਤੋਂ ਰੂਟਰ ਮਾਰਾਂਗੇ, ਫਿਰ ਦੁਬਾਰਾ ਹਲ ਮਾਰ ਕੇ ਤਾਂ ਪੱਠੇ ਵੇਚ ਦਾਂਗੇ।